ਜ਼ਿਲ੍ਹਾ ਫਾਜ਼ਿਲਕਾ ਦੇ ਕਈ ਪਿੰਡਾਂ 'ਚ ਭਾਰੀ ਬਰਸਾਤ ਨਾਲ ਗੜੇਮਾਰੀ ਹੋਈ ਹੈ, ਜਿਸ ਨਾਲ ਕਿਸਾਨਾਂ ਦੀਆਂ ਕਣਕ, ਛੋਲੇ ਅਤੇ ਸਰ੍ਹੋਂ ਦੀਆਂ ਫਸਲਾਂ ਦੇ ਨਾਲ ਨਾਲ ਕਿੰਨੂ ਦੇ ਬਾਗਾਂ ਦਾ ਵੀ ਭਾਰੀ ਨੁਕਸਾਨ ਹੋਇਆ। ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੱਲਰਖੇੜਾ, ਗੁਮਜਾਲ, ਤਾਜ਼ਾ ਪੱਟੀ, ਉਸਮਾਨਖੇੜਾ, ਪੱਟੀ ਸਦੀਕ ਅਤੇ ਹੋਰ ਪਿੰਡਾਂ 'ਚ ਭਾਰੀ ਗੜੇਮਾਰੀ ਪੈਣ ਨਾਲ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ, ਜਿਸ ਦੇ ਚੱਲਦਿਆਂ ਕਿਸਾਨ ਕਾਫੀ ਚਿੰਤਿਤ ਵਿਖਾਈ ਦੇ ਰਹੇ ਹੈ। 15 ਮਿੰਟ ਤੱਕ ਚੱਲੀ ਗੜੇਮਾਰੀ ਨਾਲ ਪਿੰਡਾਂ ਦੇ ਖੇਤਾਂ ਵਿੱਚ ਅਤੇ ਘਰਾਂ 'ਚ ਸਫੈਦ ਚਾਦਰ ਵਿਛ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ਤੋਂ ਗੜੇਮਾਰੀ ਨਾਲ ਨੁਕਸਾਨੇ ਬਾਗਾਂ ਦੀ ਅਲੱਗ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ ਹੈ, ਕਿਉਂਕਿ ਬਾਗ ਆਮ ਫਸਲਾਂ ਨਾਲੋਂ ਕੀਮਤੀ ਹੁੰਦੇ ਨੇ। ਗੜੇ ਸੱਟੇ ਆ ਜੀ, 2 ਵਾਰੀ ਸੱਟੇ ਆ, ਕਣਕ 'ਚ ਕੁਛ ਨਹੀਂ ਰਿਹਾ ਅਤੇ ਬਾਗਾਂ 'ਚ ਵੀ ਕੁਛ ਨਹੀਂ ਰਿਹਾ, ਬੜਾ ਨੁਕਸਾਨ ਹੋਇਆ ਇੱਥੇ ਸਾਡੇ। ਸਾਡਾ ਪਿੰਡ ਕੱਲਰਖੇੜਾ, ਤਹਿਸੀਲ ਹਬੋਰ ਤੋਂ, ਇੱਥੇ ਇੰਨੀ ਬਰਫ਼ਬਾਰੀ ਹੋਈ ਹੈ ਕਿ ਫਸਲਾਂ 100% ਹੀ ਖਰਾਬ ਹੋ ਗਈ, ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਘੱਟੋ ਘੱਟ ਮੁਆਵਜ਼ੇ ਦਾ 50,000 ਰੁਪਏ ਕਿੱਲੇ ਦੇ ਹਿਸਾਬ ਨਾਲ ਕੋਈ ਦੇਵੇ ਤਾਂ ਬਾਹਰ ਪਊਗੀ, ਕੋਈ ਕਰਜ਼ੇ ਕੁਰਜ਼ੇ ਮਾਫ਼ ਕਰਨ ਇੱਥੇ, ਅਤੇ ਬਾਕੀ ਫਸਲਾਂ ਤਾਂ ਜਮ੍ਹਾਂ ਹੀ ਬਰਬਾਦ ਹੋ ਗਈ। ਸਾਡੇ ਇੱਥੇ 70% ਕਿੰਨੂ ਹੈ, ਜਿਹੜਾ 100% ਜਿਹੜੀ ਫਲ ਦੀ ਡਰੋਪਿੰਗ ਹੋ ਗਈ, ਅਤੇ ਕਣਕ ਜਿਹੜੀ ਆ 80% ਖਰਾਬ ਹੋ ਗਈ। ਸ਼ਾਇਦ ਪਿੰਡ ਤਾਜਾਪੜੀ ਦੇ ਵਾਸੀ ਹਾਂ। ਇਸ ਸਮੇਂ ਜਿਹੜੀ ਗੜਿਆਮਾਰੀ ਹੋਈ ਹੈ ਬੜੀ ਨੁਕਸਾਨਦਾਇਕ ਸਾਬਿਤ ਹੋ ਰਹੀ ਹੈ। ਇੱਥੇ ਜਿਹੜਾ ਹੁਣ ਬਾਗਾਂ ਦੇ ਵਿੱਚ ਬੂਰ ਦਾ ਸਮਾਂ ਹੈਗਾ, ਜਿਹਦੇ ਕਰਕੇ ਬਾਗਾਂ ਦੀ ਫਸਲ ਨੂੰ ਕਾਫੀ ਨੁਕਸਾਨ ਹੈ। ਛੋਲੇ ਬੀਜੇ ਹੋਏ ਆ, ਛੋਲਿਆਂ ਦੇ ਵਿੱਚ ਕਾਫੀ ਨੁਕਸਾਨ ਹੈ। ਕਣਕ ਦੇ ਵਿੱਚ ਤਾਂ ਕੁਛ ਛੱਡਿਆ ਹੀ ਨਹੀਂ, ਜਿਹਦੇ ਵਿੱਚ ਗੜੇਮਾਰੀ ਬਹੁਤ ਜ਼ਿਆਦਾ ਹੋਈ ਹੈ, ਜਿਹਦੇ ਕਰਕੇ ਕਣਕ ਪੂਰੀ ਚਾਦਰ ਦੇ ਵਿਛਾ ਦਿੱਤੀ ਹੈਗੀ। ਸਰ੍ਹੋਂ ਦੇ ਵਿੱਚ ਵੀ ਤੁਸੀਂ ਆਪ ਵੇਖਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਗੜੇਮਾਰੀ ਹੋਈ ਹੈ। ਇੱਥੇ ਅਬੋਹਰ ਦੇ ਏਰੀਏ ਦੇ ਵਿੱਚ ਕੱਲਰਖੇੜਾ ਹੋ ਗਿਆ, ਖੂਹੀਆਂ ਸਰੋਵਰ ਹੋ ਗਿਆ, ਤਾਜ਼ਾ ਪੱਟੀ ਹੋ ਗਿਆ, ਤਰਾਂਗਲਾ, ਕੁੰਡਲ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਗੜਾਮਾਰੀ ਹੋਈ ਹੈ। ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਕਰਕੇ ਧਿਆਨ ਦੇਣਾ ਚਾਹੀਦਾ, ਜਿਹੜਾ ਕਿਸਾਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਇਸ ਦੀ ਮਾਰ ਨਾ ਪਵੇ।